ਸੀਸੀਟੀਵੀ ਵਿੱਚ ਕੈਦ ਹੋਈਆਂ ਇਹਨਾਂ ਤਸਵੀਰਾਂ ਨੂੰ ਦੇਖਦੇ ਸਾਰ ਹੀ ਤੁਹਾਨੂੰ ਇਹ ਤਾਂ ਪਤਾ ਲੱਗ ਹੀ ਗਿਆ ਹੋਣਾ ਹੈ ਕਿ ਰਾਤ ਦੇ ਹਨੇਰੇ ਵਿੱਚ ਪੱਬ ਬੋਝ ਬੋਝ ਕੇ ਤੁਰਨ ਵਾਲੇ ਇਹ ਲੋਕ ਆਮ ਨਹੀਂ ਨੇ। ਪਰ ਜਨਾਬ, ਕੀ ਤੁਸੀਂ ਖਿਆਲ ਨਾਲ ਇਸ ਵੀਡੀਓ 'ਤੇ ਨਜ਼ਰ ਮਾਰੀ ਕਿ ਇਹਨਾਂ ਦੇ ਹੱਥਾਂ ਦੇ ਵਿੱਚ ਤੇਜ਼ਧਾਰ ਹਥਿਆਰ ਅਤੇ ਸਿਰ 'ਤੇ ਮਾੜੇ ਮੁੰਡਾਸੇ? ਪਰ ਜੇਕਰ ਤੁਸੀਂ ਹਾਲੇ ਵੀ ਖਾਸ ਐਂਗਲ 'ਤੇ ਨਜ਼ਰ ਨਹੀਂ ਮਾਰੀ ਤਾਂ ਹੈਰਾਨਗੀ ਵਾਲੀ ਗੱਲ ਤੁਹਾਨੂੰ ਅਸੀਂ ਦੱਸਦੇ ਹਾਂ, ਜਿਸ 'ਤੇ ਕੋਈ ਚੰਗੀ ਤਰ੍ਹਾਂ ਗੌਰ ਨਹੀਂ ਕਰ ਰਿਹਾ। ਦਰਅਸਲ ਹੁਣ ਤੋਂ ਜੇਕਰ 15-20 ਸਾਲ ਪੁਰਾਣੀ ਗੱਲ ਕਰੀਏ ਤਾਂ ਉਸ ਸਮੇਂ ਟੈਕਨੋਲੋਜੀ ਇੰਨੀ ਐਡਵਾਂਸ ਨਹੀਂ ਸੀ ਅਤੇ ਨਾ ਹੀ ਇੰਟਰਨੈਟ ਸਪੀਡ ਅਤੇ ਸੀਸੀਟੀਵੀ ਕੈਮਰਿਆਂ ਦਾ ਦੌਰ ਸੀ, ਜਿਸ ਸਮੇਂ ਕਾਲੇ ਕੱਛੇ ਵਾਲਿਆਂ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਅਤੇ ਲੋਕ ਆਪਣੇ ਘਰਾਂ ਅਲਮਾਰੀਆਂ ਸੰਦੂਕਾਂ ਨੂੰ ਤਾਲੇ ਲਗਵਾਉਣ ਲੱਗ ਪਏ ਸਨ। ਪਰ ਜਿਵੇਂ ਹੀ ਉਹਨਾਂ ਦੀਆਂ ਹੱਦਾਂ ਵੱਧਦੀਆਂ ਗਈਆਂ ਤਾਂ ਪੁਲਿਸ ਨੇ ਵੀ ਆਪਣੀ ਸਖ਼ਤ ਕਾਰਵਾਈ ਕਰਦਿਆਂ ਕਾਲੇ ਕੱਛਿਆਂ ਵਾਲਿਆਂ ਦੇ ਦੌਰ ਨੂੰ ਮੁਕਾ ਹੀ ਦਿੱਤਾ। ਪਰ ਹੁਣ ਇਹ ਦੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਇਹ ਮੁਕਤਸਰ ਸਾਹਿਬ ਦੇ ਪਿੰਡ ਖੋਖਰ ਦੀਆਂ ਦੱਸੀਆਂ ਜਾ ਰਹੀਆਂ ਨੇ, ਜਿੱਥੇ ਕਿਸਾਨ ਮੋਹਨ ਸਿੰਘ ਦੇ ਘਰ ਤਕਰੀਬਨ ਅੱਧਾ ਦਰਜਨ ਇਹਨਾਂ ਲੋਕਾਂ ਨੇ ਅਜਿਹਾ ਕਾਂਡ ਕਰ ਦਿੱਤਾ ਕਿ ਹੁਣ ਪੂਰੇ ਪੰਜਾਬ ਵਿੱਚ ਹਾਹਾਕਾਰ ਮਚੀ ਪਈ ਹੈ। ਇਸ ਮੌਕੇ ਪੱਤਰਕਾਰ ਵੱਲੋਂ ਪਿੰਡ ਦੀ ਉਹ ਸਾਰੀ ਗੱਲ ਦੱਸੀ ਗਈ ਜਿੱਥੇ ਪੁਲਿਸ ਨੇ ਕਈ ਵੱਡੇ ਭੇਦ ਲੁਕਾ ਲਏ। ਇੱਕ ਵਾਰ ਤੁਸੀਂ ਵੀਡੀਓ 'ਤੇ ਨਜ਼ਰ ਮਾਰ ਲਵੋ, ਫਿਰ ਮੌਕੇ ਦੇ ਪੱਤਰਕਾਰ ਤੋਂ ਸਾਰੀ ਗੱਲਬਾਤ ਪੁੱਛਦੇ ਹਾਂ। ਸੋ ਇਸੇ ਖਬਰ ਤੇ ਵਧੇਰੇ ਅਪਡੇਟ ਲਈ ਗੱਲ ਕਰਦੇ ਹਾਂ ਸ੍ਰੀ ਮੁਕਤਸਰ ਸਾਹਿਬ ਤੋਂ ਸਾਡੇ ਰਿਪੋਰਟਰ ਸੋਨੀ ਡੱਲਾ ਦੇ ਨਾਲ। ਜੀ ਡੱਲਾ ਜੀ, ਇਹ ਮਾਮਲਾ ਕੀ ਹੈ ਜੋ ਸੀਸੀਟੀਵੀ ਵਾਇਰਲ ਹੋਈ ਹੈ, ਇਹ ਕੌਣ ਬੰਦੇ ਨੇ? ਨਰਿੰਦਰ ਜੀ, ਇਹ ਤੁਹਾਨੂੰ ਦੱਸ ਦਈਏ, ਕੁਛ ਸਮਾਂ ਪਹਿਲਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਸੀ, ਜਦੋਂ ਜਿਹੜਾ ਕਾਲੇ ਕੱਛੇ ਗਰੋਹ ਅਕਸਰ ਹੀ ਆਪਾਂ ਦੇਖਦੇ ਸੀ ਲੋਕ ਠੀਕਰੀ ਪਹਿਰੇ ਲਾਉਣ ਲੱਗ ਗਏ ਸੀ, ਇਸੇ ਤਰ੍ਹਾਂ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਸ੍ਰੀ ਮੁਕਤਸਰ ਸਾਹਿਬ ਦੇ ਬਰੀਵਾਲਾ ਜਿਹੜਾ ਥਾਣਾ ਹੈਗਾ ਉਹਦੇ ਨਾਲ ਸੰਬੰਧਿਤ, ਉੱਥੋਂ ਦਾ ਪਿੰਡ ਹੈਗਾ ਖੋਖਰ ਪਿੰਡ ਹੈਗਾ, ਉੱਥੇ ਜਿਹੜੇ ਰਾਤ ਨੂੰ ਕਥਿਤ ਤੌਰ ਤੇ ਜਿਹੜੇ ਬੰਦੇ ਆਉਂਦੇ ਹੈਗੇ ਕਾਲੇ ਕੱਛੇ ਟਾਈਪ ਬੰਦੇ, ਤੇ ਉਹਨਾਂ ਬੰਦਿਆਂ ਨੇ ਆ ਕੇ ਉਸੇ ਪਿੰਡ ਦੇ ਰਹਿਣ ਵਾਲੇ ਇੱਕ ਜਿਹੜੇ ਵਿਅਕਤੀ ਦੇ 4.5 ਲੱਖ ਰੁਪਈਆ ਤਕਰੀਬਨ, ਇਹਦੇ ਵਿੱਚ ਸੋਨੇ ਦੇ ਜੇਵਰ ਵੀ ਸੀਗੇ, ਕੁਛ ਨਕਦੀ ਸੀਗੀ, ਉਹ ਚੱਕ ਕੇ ਲੈ ਜਾਂਦੇ ਤੇ ਉੱਥੇ ਤੁਸੀਂ ਸਾਫ਼ ਸਾਫ਼ ਤਸਵੀਰਾਂ ਦੇਖ ਸਕਦੇ ਹੋ ਕਿ ਉਹਨਾਂ ਤੋਂ ਤਾਲੇ ਨਹੀਂ ਟੁੱਟੇ ਗਏ, ਤਾਲੇ ਨਾ ਟੁੱਟਣ ਕਰਕੇ ਉਹਨਾਂ ਨੇ ਖੇਤਾਂ ਦੇ ਉੱਤੇ ਜਾ ਕੇ ਉਹ ਤਾਲੇ ਟੁੱਟੇ। ਤੇ ਇਸਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵੀ ਪੁਲਿਸ ਨੇ ਜਿਹੜੀ ਪੰਜਾਬ ਪੁਲਿਸ ਹੈ ਉਸਨੇ ਇਸ ਨੂੰ ਮੀਡੀਆ ਤੋਂ ਜਿਹੜਾ ਛੁਪਾ ਕੇ ਰੱਖਿਆ। ਇਹ ਤਾਂ ਸਵੇਰੇ ਜਦੋਂ ਜਿਹੜੀ ਕ੍ਰਾਈਮ ਰਿਪੋਰਟ ਆਉਂਦੀ ਹੈ, ਕ੍ਰਾਈਮ ਰਿਪੋਰਟ ਆਉਣ ਤੋਂ ਬਾਅਦ ਜਿਹੜੇ ਮੀਡੀਆ ਦੇ ਵਿੱਚ ਇਹ ਗੱਲਾਂ ਬਾਤਾਂ ਆਈਆਂ ਵੀ ਇਸ ਤਰ੍ਹਾਂ ਦੀ ਜਿਹੜੀ ਪਿੰਡ ਖੋਖਰ ਦੇ ਵਿੱਚ ਵਾਰਦਾਤ ਹੋਈ ਹੈ। ਜੀ, ਜੇਕਰ ਗੱਲ ਕੀਤੀ ਜਾਵੇ ਕਿਸ ਘਰ ਵਿੱਚ ਇਹ ਵਾਰਦਾਤ ਹੋਈ ਹੈ ਤੇ ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਹੋਈ ਇਸ ਮੌਕੇ? ਦੇਖੋ, ਪੁਲਿਸ ਦੇ ਅਧਿਕਾਰੀਆਂ ਨਾਲ ਇਸ ਸੰਬੰਧ ਵਿੱਚ ਕੋਈ ਗੱਲਬਾਤ ਨਹੀਂ ਹੋ ਸਕੀਗੀ। ਜਿਹੜੇ ਪਰਿਵਾਰਕ ਮੈਂਬਰ ਹੈ, ਪਰਿਵਾਰਕ ਮੈਂਬਰ ਵੀ ਜਦੋਂ ਕਿਸੇ ਨਾਲ ਇਸ ਤਰ੍ਹਾਂ ਦੀ ਵਾਰਦਾਤ ਹੁੰਦੀ ਹੈਗੀ ਹੈ ਜਾਂ ਕਿਸੇ ਦਾ ਨੁਕਸਾਨ ਹੋ ਜਾਂਦਾ ਹੈ, ਇੱਕ ਵਾਰੀ ਉਹ ਜਿਹੜਾ ਸਦਮੇ ਚਲੇ ਜਾਂਦੇ ਹੈਗੇ ਹੈ, ਇੱਕ ਵਾਰੀ ਉਹ
ਜਿਹੜਾ ਕੈਮਰੇ ਅੱਗੇ ਨਹੀਂ ਆ ਸਕਦੇ ਗੇ। ਵੈਸੇ ਅਗਲਾ ਕਹਿੰਦਾ ਵੈਸੇ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਡੇ ਤੋਂ ਵੈਸੇ ਜਾਣਕਾਰੀ ਲੈ ਲਓ, ਅਸੀਂ ਕੈਮਰੇ ਅੱਗੇ ਨਹੀਂ ਆ ਸਕਦੇ ਗੇ ਕਿਉਂਕਿ ਉਹ ਸਦਮਾ ਜਿਹੜਾ ਇੱਕ ਨੁਕਸਾਨ ਹੋਇਆ ਹੈਗਾ ਉਸ ਨੁਕਸਾਨ ਕਰਕੇ ਜਿਹੜਾ ਉਹ ਕੈਮਰੇ ਅੱਗੇ ਸਾਹਮਣੇ ਨਹੀਂ ਆਏ। ਜੀ ਨਰਿੰਦਰ ਜੀ, ਜੇਕਰ ਗੱਲ ਕੀਤੀ ਜਾਵੇ ਜਿਹੜੀ ਸੀਸੀਟੀਵੀ ਵਾਇਰਲ ਹੋਈ ਹੈ ਉਹ ਕਿੱਥੋਂ ਵਾਇਰਲ ਹੋਈ ਹੈ, ਕੋਈ ਪਿੰਡ ਦਾ ਗੁਰਦੁਆਰਾ ਸਾਹਿਬ ਸੀ ਜਾਂ ਕੋਈ ਆਂਢੀ ਗੁਆਂਢੀ ਘਰ ਸੀ, ਤੇ ਕਿੰਨੇ ਕੁ ਬੰਦੇ ਦੱਸੇ ਜਾ ਰਹੇ ਟੋਟਲ? ਦੇਖੋ ਇਹਦੇ ਵਿੱਚ ਨਰਿੰਦਰ ਤੁਹਾਨੂੰ ਦੱਸਦੀ ਜਿਹੜੀ ਸੀਸੀ ਫੁਟੇਜ ਵਾਇਰਲ ਹੋਈ ਹੈ ਆਮ ਜਿਹੜੇ ਹੁਣ ਜਿਹੜੇ ਆਪਣੇ ਘਰਾਂ ਦੇ ਵਿੱਚ ਆਮ ਜਿਹੜੇ ਕੈਮਰੇ ਘਰਾਂ ਦੇ ਵਿੱਚ ਤੇ ਘਰ ਦੇ ਬਾਹਰ ਆਮ ਹੀ ਲੱਗ ਚੁੱਕੇ ਨੇ। ਪਿੰਡ ਵਿੱਚ ਵੱਖ ਵੱਖ ਜਗ੍ਹਾ ਤੇ ਜਿਹੜੇ ਕੈਮਰੇ ਲੱਗੇ ਹੋਏ ਸੀ, ਘਰਾਂ ਦੇ ਵਿੱਚ ਕੈਮਰੇ ਲੱਗੇ ਸੀ, ਘਰਾਂ ਦੇ ਬਾਹਰ ਲੱਗੇ ਸੀ, ਉਸ ਜਿਹੜੀ ਸੀਸੀ ਫੁਟੇਜ ਉੱਥੋਂ ਜਿਹੜੀ ਸੀਸੀ ਫੁਟੇਜ ਜਿਹੜੀ ਸਾਹਮਣੇ ਆਈ ਹੈ ਇਹਨਾਂ ਜਿਹੜੇ 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 ਕਾਲਾ ਕੱਛਾ ਗਰੋਹ ਦੇ ਜਿਹੜੇ ਮੈਂਬਰ ਸੀਗੇ ਇਹਨਾਂ ਵੱਲੋਂ ਜਿਹੜਾ ਇੱਕ ਹੋਰ ਘਰ ਨੂੰ ਵੀ ਜਿਹੜਾ ਹੈਗਾ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉੱਥੇ ਜਿਹੜੇ ਮਾਲਕ ਹੈਗਾ ਜਾਗ ਜਾਣ ਕਰਕੇ ਇਹ ਉਹ ਮੌਕੇ ਤੋਂ ਜਿਹੜਾ ਫਰਾਰ ਹੋ ਗਏ। ਜੇਕਰ ਗੱਲ ਕੀਤੀ ਜਾਵੇ ਹੁਣ ਇਸ ਮਾਮਲੇ ਤੇ ਕੋਈ ਤਫਤੀਸ਼ ਸ਼ੁਰੂ ਹੋਈ ਹੈ ਕਿ ਉਹਨਾਂ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਬਿਲਕੁਲ ਜੀ ਬਿਲਕੁਲ, ਜੇ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਗੱਲ ਕਰੀਏ ਪੁਲਿਸ ਵੱਲੋਂ ਜਿਹੜੀ ਮੁਸਤੈਦੀ ਨਾਲ ਜਿਹੜਾ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈਗਾ ਤੇ ਜਿਹੜਾ ਹੈਗਾ ਇਹ ਕਹਿ ਸਕਦੇ ਹਾਂ ਆਪਾਂ ਵੀ ਪੁਲਿਸ ਜਲਦੀ ਹੀ ਜਿਹੜੇ ਜਿਹੜਾ ਕਾਲਾ ਕੱਚਾ ਟੈਪ ਗਰੋਹ ਹੈਗਾ ਇਸ ਨੂੰ ਜਲਦੀ ਹੀ ਕਾਬੂ ਕਰਕੇ ਮੁਸਤੈਦੀ ਦਿਖਾਈ ਜਾ ਰਹੀ ਹੈ। ਹੁਣ ਉਮੀਦ ਹੈ ਕਿ ਜਲਦੀ ਇਹ ਲੋਕ ਪੁਲਿਸ ਦੀ ਗ੍ਰਿਫਤ ਵਿੱਚ ਆ ਜਾਣਗੇ। ਹਕੀਕਤ ਟੀਵੀ ਪੰਜਾਬੀ ਦੇ ਲਈ ਸ੍ਰੀ ਮੁਕਤਸਰ ਸਾਹਿਬ ਤੋਂ ਸੋਨੀ ਢੱਲਾ ਦੀ ਰਿਪੋਰਟ। ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਮੌਲਾਨਾ ਅਬਦੁਲ ਜੀ 7967 96 275 ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਤੀ ਪਤਨੀ ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਵਿਦੇਸ਼ ਚ ਪੱਕਾ ਹੋਣਾ, ਜਾਦੂ ਟੂਣੇ ਤੇ ਕੀਤਾ ਕਿਰਾਇਆ ਦਾ ਖਾਤਮਾ, ਗੁਪਤ ਵਸ਼ੀਕਰਨ ਕਰਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ 76967 96 275।